ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਰਾਜਪੁਰਾ ਵਿਖੇ ਅੱਜ ਲੋਕ ਇਨਸਾਫ਼ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਮਨਦੀਪ ਰਾਏ ਦੀ ਪ੍ਰਧਾਨਗੀ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਿਮਰਜੀਤ ਸਿੰਘ ਬੈਂਸ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜਪੁਰਾ ਵਿਖੇ ਆਪਣਾ ਯੂਨਿਟ ਦਾ ਉਦਘਾਟਨ ਕੀਤਾ ਗਿਆ ਅਤੇ ਜਿਹੜੇ ਵੀ ਭ੍ਰਿਸ਼ਟ ਅਧਿਕਾਰੀ ਨੇ ਉਹ ਹੁਣ ਬਾਜ ਆ ਜਾਣ। ਬੈਂਸ ਨੇ ਕਿਹਾ ਕਿ ਸੂਬੇ ਵਿੱਚ ਚਿੱਟਾ ਖਾਣ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਅਤੇ ਸਰਕਾਰ ਨੂੰ ਚਿੱਟਾ ਵੇਚਣ ਵਾਲਿਆਂ ਤੇ ਜਲਦੀ ਨੱਥ ਪਾਉਣ ਦੀ ਲੋੜ ਹੈ। ਮੈਂ ਜਿੱਥੇ ਇਹਨਾਂ ਦੋਸਤਾਂ ਨੂੰ ਜਿਉਂ ਆਖਦਾ, ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਰਿਸਪੈਕਟਫੁਲੀ, ਜਿਹੜੀ ਭਾਵਨਾ ਨਾਲ ਤੁਸੀਂ ਅੱਜ ਲੋਕ ਇਨਸਾਫ਼ ਪਾਰਟੀ 'ਚ ਸ਼ਾਮਲ ਹੋਏ ਹੋ, ਸਾਡਾ ਸਾਰਿਆਂ ਦਾ ਇਹ ਪਰਮ ਧਰਮ ਆ ਕਿ ਤੁਹਾਡਾ ਇੱਜ਼ਤ ਮਾਣ ਸਤਿਕਾਰ ਸਮਾਜ ਦੇ ਅੰਦਰ ਉੱਚਾ ਚੁੱਕਣਾ ਸਾਡੀ ਜ਼ਿੰਮੇਵਾਰੀ ਹੈ। ਅਤੇ ਆਸ ਕਰਦਾ ਜਿਹੜਾ ਲੋਕ ਇਨਸਾਫ਼ ਪਾਰਟੀ ਦਾ ਪ੍ਰਿੰਸੀਪਲ ਅਤੇ ਸਿਧਾਂਤ ਹੈ ਕਿ ਰਾਜਨੀਤੀ ਸਾਡਾ ਧੰਦਾ ਨਹੀਂ, ਸਾਡਾ ਦੇਸ਼ ਭਗਤੀ ਦਾ ਜਨੂੰਨ ਆ, ਕਰਪਸ਼ਨ ਦੇ ਵਿਰੁੱਧ ਸੰਘਰਸ਼ ਹੈ, ਉਸ ਸਿਧਾਂਤ ਨੂੰ ਇਹ ਹੋਰ ਉੱਚਾ ਲੈ ਕੇ ਜਾਣ। ਦੂਸਰੀ ਮੇਰੀ ਬੇਨਤੀ ਹੈਗੀ ਆ, ਪਰਸੋਂ ਦੀ ਅਖਬਾਰ ਦੇ ਵਿੱਚ ਡੀ ਜੀ ਪੀ ਸੁਰੇਸ਼ ਅਰੋੜਾ ਹੋਣਾ ਦਾ ਇੱਕ ਬਿਆਨ ਆਇਆ ਕਿ ਮੀਡੀਆ ਅਤੇ ਕੁਛ ਲੋਕਾਂ ਨੇ ਮੇਰੀ ਇਮੇਜ ਖਰਾਬ ਕੀਤੀ ਆ। ਮੇਰਾ 35 ਸਾਲ ਦਾ ਜਿਹੜਾ ਪੰਜਾਬ ਪੁਲਿਸ ਸੇਵਾ ਸਰਵਿਸ ਹੈਗੀ ਆ, ਇਮਾਨਦਾਰੀ ਦੀ, ਕਹਿੰਦੇ ਉਹਨੂੰ ਡਿਫੇਮ ਕਰਤਾ, ਯਤਨ ਕੀਤਾ ਮੀਡੀਆ ਅਤੇ ਕੁਛ ਲੋਕਾਂ ਨੇ। ਮੈਂ ਡੀ ਜੀ ਪੀ ਸਾਹਿਬ ਨੇ ਕਿਹਾ ਕਿ ਮੈਂ ਕਾਨੂੰਨ ਕਾਰਵਾਈ ਕਰਾਂਗਾ, ਮੈਂ ਡੀ ਜੀ ਪੀ ਸਾਹਿਬ ਦਾ ਚੈਲੰਜ ਸਵੀਕਾਰ ਕਰਦਾ। ਕਰਨ ਕਾਨੂੰਨ ਕਾਰਵਾਈ ਕੀ ਕਰਦੇ ਆ, ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ। ਡੀ ਜੀ ਪੀ ਸੁਰੇਸ਼ ਅਰੋੜਾ ਸਾਹਿਬ ਆਪਣੀ ਪੀੜ੍ਹੀ ਹੇਠ ਸੁੱਟਾ ਫਿਰੋ। ਇਹ ਗੱਲ ਮੀਡੀਏ ਨੇ ਨਹੀਂ ਕਹੀ, ਇਹ ਗੱਲ ਬੈਂਸ ਨੇ ਨਹੀਂ ਕਹੀ, ਇਹ ਗੱਲ ਜਿਹੜੀ ਮਾਨਯੋਗ ਹਾਈ ਕੋਰਟ ਨੇ ਐਸ ਆਈ ਟੀ ਚੱਟੋਪਾਧਿਆ ਦੀ ਅਗਵਾਈ ਦੇ ਵਿੱਚ ਬਣਾਈ ਹੈ, ਉਹ ਚੱਟੋਪਾਧਿਆ ਦੀ ਅਗਵਾਈ ਦੇ ਵਿੱਚ ਬਣੀ ਕਮੇਟੀ ਦੇ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਤੁਹਾਡੇ ਚਿੱਟਾ ਤਸਕਰਾਂ ਦੇ ਨਾਲ ਸੰਬੰਧ। ਤੁਸੀਂ ਨੈਤਿਕਤਾ ਦੇ ਆਧਾਰ ਤੇ ਜਿੱਦਣ ਇਹ ਗੱਲ ਆਊਟ ਹੋਈ ਸੀ ਤੁਹਾਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ, ਤੁਸੀਂ ਰਿਜ਼ਾਈਨ ਨਹੀਂ ਕੀਤਾ, ਤੁਸੀਂ ਉਲਟਾ ਚੱਟੋਪਾਧਿਆ ਦੇ ਉੱਤੇ ਚੱਡਾ ਸੁਈਸਾਈਡ ਕਾਂਡ ਜਿਹੜਾ ਅੰਮ੍ਰਿਤਸਰ ਦੇ ਵਿੱਚ ਬੜਾ ਫੇਮਸ ਹੋਇਆ, ਤੁਸੀਂ ਚੱਟੋਪਾਧਿਆ ਨੂੰ ਉਹਦੇ ਵਿੱਚ ਫਾਲਸ ਇੰਪਲੀਕੇਸ਼ਨ ਉਹਦੀ ਕਰਨ ਲੱਗੇ ਸੀ, ਫਸਾਉਣ ਲੱਗੇ ਸੀ। ਚੱਟੋਪਾਧਿਆ ਨੂੰ ਦੁਬਾਰਾ ਹਾਈ ਕੋਰਟ ਜਾਣਾ ਪਿਆ, ਹਾਈ ਕੋਰਟ ਦੇ ਵਿੱਚ ਸ਼ਰਨ 'ਚ ਜਾ ਕੇ ਕਹਿਣਾ ਪਿਆ ਵੀ ਮੈਂ ਇਸ ਜਿਹੜਾ ਤੁਸੀਂ ਮੈਨੂੰ ਕੰਮ ਸੌਂਪਿਆ, ਮੈਂ ਇਹਦੀ ਜਾਂਚ ਪੜਤਾਲ ਕੀ ਕਰੂੰ, ਤਾਂ ਮੈਨੂੰ ਉਲਟਾ ਫਸਾਉਣ ਲੱਗੇ। ਸੋ ਜਿਹੜਾ ਡੀ ਜੀ ਪੀ ਸਾਹਿਬ ਦਾ ਚੈਲੰਜ ਆ, ਅਸੀਂ ਸਵੀਕਾਰ ਕਰਦੇ ਹਾਂ। ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾਂ ਉੱਠਾਂ ਵਾਲਿਆਂ ਨਾਲ ਯਾਰੀ ਪਾ ਕੇ ਦਰਵਾਜ਼ੇ ਛੋਟੇ ਨਹੀਂ ਰੱਖੇ ਜਾਂਦੇ, ਦਰਵਾਜ਼ੇ ਵੱਡੇ ਹੁੰਦੇ ਆ। ਡੀ ਜੀ ਪੀ ਸਾਹਿਬ, ਇਹ ਤੇਰੀਆਂ ਗਿੱਦੜ ਧਮਕੀਆਂ ਤੋਂ ਅਸੀਂ ਡਰਨ ਵਾਲੇ ਨਹੀਂ ਗੇ, ਸੱਚ ਬੋਲਦੇ ਰਹੇ ਹਾਂ, ਬੋਲਦੇ ਹਾਂ ਅਤੇ ਬੋਲਦੇ ਰਹਾਂਗੇ, ਕਿਉਂਕਿ ਰਾਜਨੀਤੀ ਸਾਡਾ ਧੰਦਾ ਨਹੀਂ, ਦੇਸ਼ ਭਗਤੀ ਦਾ ਜਨੂੰਨ ਆ ਅਤੇ ਕਰਪਸ਼ਨ ਦੇ ਵਿਰੁੱਧ ਸੰਘਰਸ਼ ਦਾ ਨਾਮ ਰਾਜਨੀਤੀ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ਏ ਟੀ ਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।